ਦੋ ਵੱਖ-ਵੱਖ ਭਿਆਨਕ ਸੜਕ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿਨ੍ਹਾਂ ਨੂੰ ਵੇਖ ਕੇ ਤੁਹਾਡਾ ਵੀ ਦਿਲ ਦਹਿਲ ਜਾਵੇਗਾ। ਜਿੱਥੇ ਕਿ ਓਵਰ ਸਪੀਡ ਕਾਰਾਂ ਦਾ ਕਹਿਰ ਵੇਖਣ ਨੂੰ ਮਿਲਿਆ, ਜਿੱਥੇ ਕਿ ਤੇਜ਼ ਰਫ਼ਤਾਰ ਕਾਰਾਂ ਨੇ ਦੋ ਵੱਖ-ਵੱਖ ਭਿਆਨਕ ਸੜਕ ਹਾਦਸਿਆਂ ਨੂੰ ਅੰਜਾਮ ਦਿੱਤਾ, ਜਿਸਦੇ ਵਿੱਚ ਇੱਕ ਵਿਅਕਤੀ ਦੀ ਤਾਂ ਜਾਨ ਚਲੀ ਗਈ ਹੈ ਅਤੇ ਇੱਕ ਦੀ ਵਾਲ-ਵਾਲ ਜ਼ਿੰਦਗੀ ਬਚੀ ਹੈ। ਤਾਂ ਪਹਿਲੀ ਤਸਵੀਰ ਹੈ ਜਿਹੜੀ ਨੋਇਡਾ ਤੋਂ ਸਾਹਮਣੇ ਆਈ ਹੈ, ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ 'ਤੇ ਕਿ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਸਵੇਰ ਦੀ ਸੈਰ ਦੇ ਲਈ ਘਰੋਂ ਬਾਹਰ ਨਿਕਲਦਾ ਹੈ ਅਤੇ ਅੱਗੋਂ ਆਉਂਦੀ ਕਾਰ ਦੇ ਵੱਲੋਂ ਉਸਨੂੰ ਹਵਾ ਦੇ ਵਿੱਚ ਉਡਾ ਦਿੱਤਾ ਜਾਂਦਾ ਹੈ। ਭਿਆਨਕ ਟੱਕਰ ਮਾਰ ਦਿੱਤੀ ਜਾਂਦੀ ਹੈ, ਜਿਸ ਕਾਰਨ ਉਸ ਬਜ਼ੁਰਗ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਦਿਲ ਨੂੰ ਕੰਬਾਉਣ ਵਾਲੀ ਇਹ ਤਸਵੀਰ ਹੈ, ਜਿਸ ਨੂੰ ਵੇਖ ਕੇ ਤੁਹਾਡੇ ਵੀ ਲੂਹ ਕੰਢੇ ਖੜ੍ਹੇ ਹੋ ਜਾਣਗੇ ਕਿਸ ਤਰੀਕੇ ਦਾ ਇਹ ਐਕਸੀਡੈਂਟ ਹੈ। ਅਤੇ ਦੂਸਰੀ ਸਾਈਡ ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ ਕਿ ਇੱਕ ਤਸਵੀਰ ਹੈ ਜਿਹੜੀ ਗੁਰੂਗ੍ਰਾਮ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਪਿੱਛੋਂ ਆਉਂਦੀ ਓਵਰ ਸਪੀਡ ਕਾਰ ਨੇ ਅੱਗੇ ਜਾ ਰਹੀ ਇੱਕ ਮੋਟਰਸਾਈਕਲ ਸਵਾਰ ਨੂੰ ਬੁਰੀ ਤਰੀਕੇ ਦੇ ਨਾਲ ਟੱਕਰ ਮਾਰੀ ਅਤੇ ਉਸਨੂੰ ਘਸੀਟਦੇ ਹੋਏ ਅੱਗੇ ਤੱਕ ਲੈ ਗਈ। ਪਰ ਇਸ ਦੇ ਵਿੱਚ ਖੁਸ਼ਕਿਸਮਤੀ ਦੇ ਨਾਲ ਉਸ ਮੋਟਰਸਾਈਕਲ ਸਵਾਰ ਦੀ ਜਾਨ ਬਚ ਗਈ ਅਤੇ ਕਿਸੇ ਵੀ ਤਰੀਕੇ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਤਾਂ ਭਿਆਨਕ ਸੜਕ ਹਾਦਸੇ ਨੇ ਜਿਸਦੇ ਵਿੱਚ ਇੱਕ ਵਿਅਕਤੀ ਦੀ ਵਾਲ-ਵਾਲ ਜਾਨ ਬਚੀ ਹੈ ਅਤੇ ਇੱਕ ਦੀ ਤਾਂ ਮੌਤ ਹੋ ਗਈ ਹੈ। ਤਾਂ ਓਵਰ ਸਪੀਡ ਕਾਰਾਂ ਨੇ ਪੂਰਾ ਕਹਿਰ ਮਚਾਇਆ ਹੈ। ਸਵੇਰੇ ਤੜਕਸਾਰ ਦੋ ਭਿਆਨਕ ਸੜਕ ਹਾਦਸੇ ਵਾਪਰੇ ਨੇ।